ਬਾਬਾ ਜੀ ਦਾ ਸਿਰ ਅੱਗੇ ਲੱਗਾ ਤਾਂ ਤਾੜੀ ਮਾਰ ਦਿਓ ਸਾਰੀ ਸੰਗਤ ਬਾਬਾ ਜੀ ਦੇ ਦਰਬਾਰ ਤੇ। ਚਿਤਰਹਾਰ ਦੀ ਆਈਟਮ ਪ੍ਰਿਆ ਜੀ ਸ਼ਾਹੇ ਜਲਾਨੀ ਬਾਦ ਖੈਰ ਮੈਂ ਕਿਤੇ ਮੰਗੀ
ਹੈਲੋ ਸੋ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਸਾਰੇ ਜਣੇ ਤੇ ਅਗਲੀ ਚਿੱਤਰਹਾਰ ਦੀ ਆਈਟਮ ਮੈਡਮ ਅਲੀਸ਼ਾ ਸ਼ਹਿਰ ਗੜਸ਼ੰਕਰ ਤੋਂ Sorry.
ਤਾੜੀਆਂ ਲਗਾ ਦਿਓ ਜੀ ਜੇ ਆਈਟਮ ਪਸੰਦ ਆਈ ਤਾਂ ਹੁਣ ਅਗਲੀ ਚਿਤਰਹਾਰ ਦੀ ਆਈਟਮ ਮੈਡਮ ਮੈਡਮ ਪ੍ਰਿਆ ਸਾਧ ਸੰਗਤ ਸਕੇ ਜੀ ਬੇਨਤੀ ਹੈ ਜੀ ਕਿ ਲੰਗਰ ਤਿਆਰ ਹੈ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਉਹ ਲੰਗਰ ਛਕ ਕੇ ਆ ਸਕਦੇ ਨੇ ਲਓ ਜੀ ਇਸ ਦੇ ਨਾਲ ਹੀ ਅਗਲੀ ਹਾਜ਼ਰੀ ਮੈਡਮ ਨਿਸ਼ੂ
ਜਦੋਂ ਕੁਕਰਾਓ ਅਲੀ ਅਲੀ ਕਰਕੇ ਔਰ ਮਨਾਫਕਤ ਕੋ ਮਿਟਾਓ ਅਲੀ ਅਲੀ ਕਰਕੇ ਕਿਉਂ ਯੇ ਚਾਹਤੀ ਹੈ ਜੋ ਮਾਏ ਕੇ ਨੇਕੋ ਬੱਚੇ ਤੋ ਉਨਕੋ ਦੂਧ ਪਿਲਾਓ ਅਲੀ ਅਲੀ ਕਰਕੇ ਹਾਜ਼ਰੀ ਵਧੀਆ ਲੱਗੇ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ ਸਰ ਸਰ ਲਓ ਜੀ ਇਸ ਦੇ ਨਾਲ ਹੀ ਅਗਲੀ ਹਾਜ਼ਰੀ ਲਓ ਜੀ ਇਸ ਦੇ ਨਾਲ ਅਗਲੀ ਹਾਜ਼ਰੀ ਮੈਡਮ ਅਲੀਸ਼ਾ ਜੀ ਹਾਂਜੀ ਸਾਰੀ ਸੰਗਤ ਅੱਗੇ ਦੁਬਾਰਾ ਫਿਰ ਬੇਨਤੀ ਹੈ ਕਿ ਜਿਹੜਾ ਕੋਈ ਵੀਰਾਂ ਬੀਬੀ ਲੰਗਰ ਤੋਂ ਰਹਿੰਦਾ ਹੋਵੇ ਜਲਦੀ ਤੋਂ ਜਲਦੀ ਜਾ ਕੇ ਲੰਗਰ ਛਕਣ ਦੀ ਕਿਰਪਾਲਤਾ ਕਰੇ ਜੀ ਲੰਗਰ ਛੱਕ ਕੇ ਆ ਕੇ ਪੰਡਾਲ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਜੀ ਆਪਦੀ ਸੇਵਤ ਵਿੱਚ ਲੀਸ਼ਾਨ ਕਾਲ ਐਂਡ ਪਾਰਟੀ ਫਰੋਮ ਗੜਸ਼ੇ ਕਰੋ ਲਓ ਜੀ ਇਸ ਦੇ ਨਾਲ ਅਗਲੀ ਹਾਜ਼ਰੀ ਮੈਡਮ ਅਲੀਸ਼ਾ ਜੀ ਫਰੋਮ ਗੜਸ਼ੰਕਰ ਸਾਹਿਬ ਚਿਤਰਹਾਲ ਸਦਾ ਬਹਾਰ ਹਾਂਜੀ ਸਾਡੇ ਵੀਰਾਂ ਜੀ ਬੇਅੰਤ ਮਾਇਆ ਬਾਬੇ ਦੇ ਨਾਂ 'ਤੇ ਅਰਦਾਸ ਕਰਾਉਂਦੇ ਨੇ ਬਾਬਾ ਜੀ ਮਿਹਰ ਭਰਿਆ ਹੱਥ ਰੱਖਣ ਲਓ ਜੀ ਇਸ ਦੇ ਨਾਲ ਅਗਲੀ ਹਾਜ਼ਰੀ ਮੈਡਮ ਅਲੀਸ਼ਾ ਅਤੇ ਉਹਨਾਂ ਦੇ ਨਾਲ ਮੈਡਮ
ਪ੍ਰੀਤ ਸੀ। ਕੌਣ ਕਹਿੰਦਾ ਕਿ ਸੁਣਦਾ ਨਹੀਂ, ਦਾਤਾ ਦਾਤਾ ਭਰਮ ਰੱਖਦੇ, ਲੱਜ਼ਾਂ ਪਾਲਦੇ ਨੇ। ਇੱਥੇ ਪੀਰ ਫਕੀਰ ਅਮੀਰ ਸਾਰੇ ਮੰਨਤਾਂ ਮੰਗਦੇ ਤੇ ਦੀਵੇ ਬਾਲਦੇ ਨੇ। ਭਰੀ ਨਿਜ਼ਾਮੀ ਅੱਲਾ ਦੀ ਸ਼ਾਨ ਦੇਖੋ, ਕੀ ਭੁੱਖਿਆਂ ਨੂੰ ਦਾਤਾ ਪਾਲਦੇ ਨੇ। ਲੈ ਜੀ ਇਸ ਦਿਨ ਵਾਲੀ ਅਗਲੀ ਹਾਜ਼ਰੀ। ਮੈਡਮ ਪ੍ਰੀਤ ਜੀ
जोरदार ताड़ी मार दे सर। तेरा नाम चल रहा है, मेरा काम चल रहा है। लो जी एक एंट्री तो बाद उस दे नाली नकल। लो जी इस दे नाली अगली हाजरी मैडम अलीसा जी फ्रॉम वर्षा कसर वाले लोग उस दानी सजने नाम ਸਿਮਰਨ ਕਰਦੇ ਨੇ ਢਿੱਲੋ ਸ਼ਕਤੀ ਦੀਵਾਲੀ ਦਿਨਾਂ ਤੇ ਢਿੱਲੋ ਸ਼ਕਤੀ ਦੀਵਾਲੀ ਦਿਨਾਂ ਤੇ ਮੀਨਾ ਰਾਣੀ ਦਿਨਾਂ ਤੇ ਢਿੱਲੋ ਸ਼ਕਤੀ ਦੀਵਾਲੀ ਦਿਨਾਂ ਤੇ ਮੀਨਾ ਰਾਣੀ ਦਿਨਾਂ ਤੇ ਸਿੱਧੂ ਮੂਸੇ ਵਾਲੇ ਦਿਨਾਂ ਤੇ ਸਿਮਰਨ ਕਰਦੇ ਨੇ ਸ਼ੁਕਰੇ ਮਿਹਰਬਾਨੀ ਸਿਮਰਨ ਕਰਦੇ ਨੇ ਢਿੱਲੋ ਇਟਲੀ ਵਾਲੇ ਦਿਨਾਂ ਤੇ ਢਿੱਲੋ ਇਟਲੀ ਵਾਲੇ ਦਿਨਾਂ ਤੇ ਨੰਨੇ ਮੰਨੇ ਬੱਚੇ ਮਨਵੀਰ ਦਿਨਾਂ ਤੇ ਮੇਰੇ ਮਦਾਨ ਕਰਦੇ ਨੇ ਸ਼ੁਕਰੀਆ ਮਿਹਰਬਾਨੀ ਲਓ ਜੀ ਇਸ ਦਿਨ ਵਾਲੀ ਅਗਲੀ ਹਾਜ਼ਰੀ ਮੈਡਮ ਮਲੀਸ਼ਾ ਜੀ ਫਰੋਮ ਗੜਸ਼ਾ ਕਸਰ ਵਾਲੇ कोई किसे तो पुछन लगा कैसा भेस वटाया बुढ़िया वाले बाणे पौंदा रब ने मर्द बनाया इन्नी सुन के चढ़िया गुस्सा अगे ओ सच फरमाया ओ कीता जो चंगा लगिया मेरे मन नू पाया ओ पैरां दे विच गुरु पाके मत्थे तिलक लगाया पैरां दे विच गुरु पाके मत्थे तिलक लगाया ते की खटिया बंदा बन के मैं तां यार मनाया ਕੀ ਲੈਣਾ ਦੁਨੀਆਦਾਰੀ ਦੇ ਕੋਲੋਂ ਕੀ ਲੈਣਾ ਦੁਨੀਆ ਨੂੰ ਖੁਸ਼ ਕਰਕੇ ਮੈਂ ਤਾਂ ਆਪਣੇ ਸਾਈਂ ਦੀ ਖਾਤਰ ਇਹ ਪਹਿਰਾਵਾ ਪਹਿਨੇ ਆ ਜੇ ਸਾਈਂ ਮਿਲ ਜਾਵੇ ਤਾਂ ਸਾਰਾ ਕੁਝ ਹੀ ਬੰਦਾ ਪਾ ਲੇਗਾ ਤੇਰੇ ਵਰਗੇ ਦੁਨੀਆ ਦੇ ਵਿੱਚ ਫਿਰਦੇ ਲੋਕ ਹਜ਼ਾਰਾਂ ਬੰਨ ਬੰਦ ਡਾਰਾ ਸੋਹਣੇ ਯਾਰ ਨੂੰ ਮਿਲਣ ਦੀ ਖਾਤਰ ਪਾਈਆਂ ਇਹ ਸਲਵਾਰਾਂ ਸੋਹਣੇ ਯਾਰ ਨੂੰ ਮਿਲਣ ਦੀ ਖਾਤਰ ਪਾਈਆਂ ਇਹ ਸਲਵਾਰਾਂ ਇਹ ਸਲਵਾਰਾਂ ਤਦ ਕੋਈ ਪਾਉਂਦਾ ਜਦ ਵੀ ਮਿਲਦੀਆਂ ਹਾਰਾਂ ਔਰਤ ਮਹੰਤ ਪਠਾਨ ਪਹਿਨਦੇ ਜਾਂ ਪੈਨਣ ਸਰਕਾਰਾਂ ਉਹ ਪੰਜਵਾਂ ਬੰਦਾ ਪਾ ਨਹੀਂ ਸਕਦਾ ਸੱਜਦੀ ਹੈ ਇਹਨਾਂ ਚਾਰਾਂ ਦੇ ਰਾਜ ਬੜੇ ਨੇ ਡੂੰਘੇ ਸੱਜਣਾ ਪਾਈਆਂ ਇਹ ਸਲਵਾਰਾਂ ਦੇ ਰਾਜ ਬੜੇ ਨੇ ਡੂੰਘੇ ਸੱਜਣਾ ਇਸ਼ਕ ਕਰਾਉਂਦਾ ਸਜਦੇ ਦਰ ਤੇ ਯਾਰ ਦੇ ਬੈਠੇ ਕੁੱਤਿਆਂ ਨੂੰ ਉਹ ਜੁੱਤੀ ਯਾਰ ਦੀ ਤਾਜ ਸਮਝਣਾ ਮੜੀ ਤਲੇ ਦੀਆਂ ਤਾਰਾਂ ਦੇ ਰਾਜ ਬੜੇ ਨੇ ਡੂੰਘੇ ਸੱਜਣਾ ਪਾਈਆਂ ਇਹ ਸਲਵਾਰਾਂ ਦੇ ਰਾਜ ਬੜੇ ਨੇ ਡੂੰਘੇ ਸੱਜਣਾ ਪਾਈਆਂ ਇਹ ਸਲਵਾਰਾਂ ਦੇ
लो जी खिमत लिजाज इस मैडम अलीशा जी लो जी इस दिन अगली हाजरी लकुशदानी सजना के नाम सुखा मुसाफरी दिना ते सुखा मुसाफरी दिना ते पांच दिना ते सुखा मुसाफरी पांच दिना ते
ਰਾਜ ਬੜੇ ਨੇ ਡੂੰਘੇ ਸੱਜਣਾ ਪਾਈਆਂ ਇਹ ਸਲਵਾਰਾਂ ਦੀ ਇਹ ਸੀ ਮੈਡਮ ਅਲੀਸ਼ਾ ਜੀ ਲਓ ਜੀ ਇਸ ਦੇ ਨਾਲ ਹੀ ਅਗਲੀ ਹਾਜ਼ਰੀ ਸਵਿਨਾਨਕਤ ਨੇ ਸੁੱਖੇ ਦੇ ਨਾਤੇ ਸੁੱਖਾ ਮੋਸਾ ਪਰਿਆ ਪੰਜ ਦੇ ਨਾਤੇ ਰਿੱਕੀ ਮਾਲਕਪੁਰੀ ਦੇ ਨਾਤੇ ਸਵਿਨਾਨਕਤ ਨੇ ਪੀਰਾ ਫਕੀਰਾਂ ਦੇ ਨਾਤੇ ਸ਼ਾਬੀ ਬੋਨੇ ਦੇ ਨਾਤੇ ਸਾਬੀ ਦੇ ਬੋਨੇ ਦੇ ਨਾਤੇ ਸਵਿਨਾਨਕਤ ਨੇ ਸ਼ੁਕਰੀਆ ਮਿਹਰਬਾਨੀ ਸਵਿਨਾਨਕਤ ਨੇ ਜੀਵਨ ਸਿਉਂ ਦੇ ਨਾਤੇ ਜੀਵਨ ਸਿਉਂ ਦੇ ਨਾਤੇ ਜਿਨ੍ਹਾਂ ਦਾ ਕਿ ਮੇਲਾ ਉਹਨਾਂ ਨੇ ਸਾਰੀ ਸੰਗਤ ਨੇ ਪਹੁੰਚੇ ਦੀ ਕਿਰਪਾਲਤ ਕਰਨੀ ਪੀਰਾ ਫਕੀਰਾਂ ਦੇ ਨਾਤੇ ਅਤੇ ਗਿਆਰਵੀਂ ਵੇਲੀ ਸਰਕਾਰ ਦੇ ਨਾਤੇ ਦਿਗੋਸ ਪਾਕ ਸੱਚੀ ਸਰਕਾਰ ਦੇ ਨਾਤੇ ਮੈਨੂੰ ਸਵਿਨਾਨਕਤ ਨੇ ਸ਼ੁਕਰੀਆ ਮਿਹਰਬਾਨੀ ਸਵਿਨਾਨਕਤ ਨੇ ਸਾਡੇ ਮਾਤਾ ਜੀ ਫਤਿਹ ਸਿੰਘ ਘੇੜਾ ਦੇ ਨਾਤੇ ਮੈਨੂੰ ਮੈਦਾਨ ਕਰਦੇ ਨੇ ਸਾਡੇ ਮਾਤਾ ਜੀ ਫਤਿਹ ਸਿੰਘ ਘੇੜਾ ਦੇ ਨਾਤੇ ਅਤੇ ਗਿਆਰਵੀਂ ਵੇਲੀ ਸਰਕਾਰ ਦੇ ਨਾਤੇ ਅਤੇ ਕੌਂਸ ਪਾਕ ਸੱਚੀ ਸਰਕਾਰ ਦੇ ਨਾਤੇ ਮੈਨੂੰ ਮੈਦਾਨ ਕਰਦੇ ਨੇ ਸ਼ੁਕਰੀਆ ਮਿਹਰਬਾਨੀ ਆ ਜਾ ਮੇਰਾ ਭਰਾ ਆ ਜਾ ਉਰੇ ਨੂੰ ਲਓ ਜੀ ਇਸ ਦੇ ਨਾਲ ਹਲੋ ਹਲੋ ਓ ਕਾਕਾ ਹਲੋ ਹਲੋ ਓ ਕਾਕਾ ਓ ਠਹਿਲ ਮਾਮਾ ਤੇਰਾ ਕੜਾ ਹਾ ਉੱਪਰ ਦਾ ਮੈਂ ਤਾਂ ਚੱਲਣ ਦੇ ਕਿੱਦਾਂ ਹਾਲ ਬਸ ਠੀਕ ਆ ਹੋਰ ਸੁਣਾ ਕਿੱਦਾਂ ਐਨ ਵਧੀਆ ਠੀਕ ਠਾਕ ਆ ਤੂੰ ਸੁਣਾ ਹਾਂ ਠੀਕ ਠਾਕ ਹੈ ਕਾਕਾ ਤੂੰ ਮੇਰੇ ਨਾਲ ਨਾਰਾਜ਼ ਕਰ ਲੈ ਰਹਿਣਾ ਮੇਰਾ ਪੁੱਤ ਤੁਸੀਂ ਬੇਈਮਾਨ ਦਿਓ ਪੁੱਤੋ ਤੁਹਾਡੇ ਨਾਲ ਨਾਰਾਜ਼ ਹੀ ਰਹਿਣਾ ਪਹਿਲਾਂ ਮੇਰਾ ਕੰਮ ਜਿਹਾ ਕਰੋ ਕਾਕਾ ਕੰਮ ਜਿਹਾ ਛੇਤੀ ਛੇਤੀ ਕੰਮ ਟਾਈਮ ਥੋੜਾ ਕਹਿੰਦੇ ਤੁਹਾਡੀ ਵਾਰੀ ਲੋਕਡਾਊਨ ਲੱਗ ਗਿਆ ਐਦਾਂ ਕਰ ਤੇਰਾ ਪਾਸਪੋਰਟ ਬਣਾ ਦਈਏ ਬਾਹਰ ਨੂੰ ਭੇਜ ਦਿੰਦੇ ਤੈਨੂੰ ਮੇਰਾ ਪਾਸਪੋਰਟ ਆਹੋ ਕਹਿੰਦਾ ਬਾਬਾ ਜੀ ਪਾਸਪੋਰਟ ਸਾਲਿਆ ਮੇਰਾ ਆਧਾਰ ਕਾਰਡ ਤਾਂ ਬਣਿਆ ਨਹੀਂ ਪਾਸਪੋਰਟ ਕਾਹਦਾ ਬਣਾਉਣਾ ਓਏ ਕਾਕਾ ਤੈਨੂੰ ਪੁਲਿਸ ਵਿੱਚ ਭਰਤੀ ਕਰਾ ਦਈਏ ਲੈ ਹੋਰ ਗਰੀਬ ਦਾ ਪੁੱਤ ਲਿਆ ਕੇ ਗੋਲੀਆਂ ਮੂਰੇ ਮਰਵਾ ਕਿਤੇ ਓਏ ਕਾਕਾ ਤੈਂ ਕਿਤੇ ਵਿਆਹ ਤੇ ਨਹੀਂ ਕਰਵਾਉਣਾ ਲੈ ਹੋਰ ਅਸੀਂ ਇੱਥੇ ਹੀ ਮਰ ਜਾਣਾ ਕਾਕਾ ਸੱਚਮੁੱਚ ਤੇਰਾ ਵਿਆਹ ਤੇਰੀ ਮਾਂ ਨੂੰ ਗਾਲਾਂ ਕੱਢਦਾ ਗਾਲ ਥੋੜੇ ਨਹੀਂ ਕੱਢੀ ਬਾਬਾ ਜੀ ਅੱਛਾ ਧੰਨ ਪਚੋਲਿਆ ਤੇਰੇ ਧੰਨ ਤੇਰੀ ਮਾਂ ਪੇ ਦੇ ਵਧਾਈਆਂ ਦਿੱਤੀਆਂ ਉਹਨੂੰ ਯਾਰ ਅੱਛਾ ਕਾਕਾ ਸੱਚਮੁੱਚ ਤੇਰਾ ਵਿਆਹ ਮੇਰਾ ਵਿਆਹ ਆਦੀ 32 ਤਰੀਕ ਦਾ ਆਦੀ 32 ਤਰੀਕ ਦਾ ਹੋਰ ਤੁਹਾਡੀ ਮਾਂ ਦਾ ਪਿੱਛੋਂ ਨੱਠੀ ਉਹ ਆਈ ਨਹੀਂ 32 ਤਰੀਕ ਆ ਜਾਊਗੀ ਓਏ ਕਾਕਾ ਜਿਹੜੀ ਅੰਗਰੇਜ਼ੀ ਹੁੰਦੀ ਆ ਉਹ 31 ਤੱਕ ਮੁੱਕ ਜਾਂਦੀ ਆ ਦੇਸੀ ਕੇਵਲੇ 32 ਵੀ ਹੋ ਜਾਂਦੀ 32 ਵੀ ਹੋ ਜਾਂਦੀ ਆ ਲੈ ਕੱਕਾ ਤੇਰਾ ਵਿਆਹ ਮੇਰਾ ਵਿਆਹ ਮੈਂ ਲੱਗਾ ਤੇਰੀਆਂ ਭਾਬੀਆਂ ਨੂੰ ਆਵਾਜ਼ ਮਾਰ ਛੇਤੀ ਛੇਤੀ ਭਾਬੀਆਂ ਨੂੰ ਆਵਾਜ਼ ਮਾਰ ਚੌਂਕਾ ਚੁਗਾ ਭਰਾਵਾ ਭਰਾਵਾ ਕਾ ਬਾਬੇ ਕਾ ਟਾਈਮ ਥੋੜਾ ਹੈ ਥੋੜਾ ਕੁੜੀਓ ਆਹਾ ਅਰੇ ਆ ਪਾਊਡਰ ਚੱਕ ਕੇ ਬੇ ਕਾਲੂ ਬਿਮਾਰੀ ਪੈਣਿਆ ਹਾਏ ਮੈਨੂੰ ਇੱਕ ਹੋਰ ਗੱਲ ਦਾ ਪਤਾ ਲੱਗਾ ਕਿਹੜੀ ਗੱਲ ਦਾ ਮੈਂ ਨਹੀਂ ਤੇਨਾਂ ਬੋਲਣਾ ਮੈਂ ਤੇਨਾਂ ਗੁੱਸੇ ਆ ਰਹਿ ਫੇ ਮੈਂ ਕਿਆ ਕਹਿਣਾ ਤੈਨੂੰ ਹਾਂ ਬਿਮਾਰੀ ਪੈਣਾ ਮੈਂ ਮੈਨੂੰ ਪਤਾ ਲੱਗਾ ਤੇਰਾ ਵਿਆਹ ਆ ਮੇਰਾ ਪਾਊ ਮਾਰੀ ਪੈਣਿਆ ਜਿਹੜੇ ਤੈਨੂੰ ਕੁੜੀ ਦੇਣੀ ਆ ਉਹ ਖੋਜ ਤੱਕ ਕਰ ਦੇ ਦੇ ਇਦਾਂ ਨਹੀਂ ਵਧੀਆ ਇਹਨੂੰ ਕਹ ਵੀਰਾ ਜੇ ਤੇਰੀ ਮੂੰਹ ਨਹੀਂ ਖਰਾ ਗੱਲ ਤਾਂ ਕਰੀ ਗੱਲ ਮਾਰੀ ਪੈਣ ਨਾ ਹੋਵੇ ਤਾਂ ਕੱਡਾ ਤੇਰਾ ਠੂਠੀ ਵਰਗਾ ਬੇ ਬਿਮਾਰੀ ਪੈਣਿਆ ਕਹਿੰਦੇ ਜੇ ਮੈਨੂੰ ਕੁੜੀ ਦੇਣੀ ਖੋਜ ਤੱਕ ਕਿਸੇ ਗਰੀਬ ਦਾ ਫੁਲਕਾ ਨਾ ਪੱਕਦਾ ਹੋਣ ਤੋਰ ਜਾਣਾ ਹੋਵੇ ਵੀ ਮੇਰੀ ਗੱਲ ਸੁਣੇ ਪਹਿਲਾਂ ਤੇ ਜਾਂਦੀ ਰਹੀ ਮੇਰੇ ਨਾਲ ਬਿਮਾਰੀ ਪੈਣਾ ਬਿਮਾਰੀ ਪੈਣੇ ਲੰਗਰ ਦਿਨ ਮੈਂ ਆਪਣਾ ਬਣਾ ਬਣਾ ਕੇ ਦਿੰਦੀ ਰਹੀ ਵਿਆਹ ਮੈਂ ਕੱਪੜੇ ਧੋ ਧੋ ਦਿੰਦੀ ਰਹੀ ਅੱਜ ਵਿਆਹ ਕਰਨ ਲੱਗਾ ਬਿਮਾਰੀ ਪੈਣੀ ਮੈਨੂੰ ਸੱਦਿਆ ਨਾ ਕੋਈ ਮਿਸ ਕਾਲ ਨਾ ਕੋਈ ਮੈਸੇਜ ਮਰ ਗਿਆ ਬਿਮਾਰੀ ਪੈਣਾ ਇਦਾਂ ਦਾ ਮਾੜੀ ਜੀ ਟੂੰ 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 ਤੇ ਪੀਰੇ ਨਾਲ ਹਾਕਦਾ ਮਾਰੀ ਸੀ ਹਾਂ ਤੂੰ ਅੰਦਰ ਕੱਪੜੇ ਜੇ ਧੋਦੀ ਸੀ ਮੇਰਾ ਵਿਆਹ ਮਾਈਆਂ ਮੂਈਆਂ ਲਾੜਾ ਕਿ ਨਹੀਂ ਤੁਸੀਂ ਰਹਿਣ ਦੇ ਇੱਥੇ ਚੱਲ ਜਾ ਨਾ ਨਾ ਲਾ ਲਓ ਲਾ ਦਨੀ ਲਾਓ ਲਾਓ ਚੌਂਕਾ ਪੂਰੋ ਚੌਂਕਾ ਪੂਰੇ ਨਹੀਂ ਗੋ ਹਾਂ ਤੇਰਾ ਬੈਜ ਵੇ ਤੇਰਾ ਬੇੜਾ ਮਾਰੀ ਬਣਿਆ ਇੰਨਾ ਟਾਈਮ ਨਹੀਂ ਮੇਤੋਂ ਹੈਗਾ ਤੇਰਾ ਟੈਂਪੂ ਵਰਗਾ ਮੂੰਹ ਪਹਿਲਾਂ ਚੌਂਕਾ ਸੁੱਚਾ ਕਰਨੇ ਨਹੀਂ ਮੈਂ ਨਹੀਂ ਕਰਨਾ ਆਪਣੀ ਮਾਂ ਗੋਰੀ ਗਾਈ ਦਾ ਗੋਹਾ ਲੈ ਕੇ ਆਓ ਬਿਮਾਰੀ ਬਣਿਆ ਵਿਆਹ ਤੇਰਾ ਆ ਆ ਤੁਸੀਂ ਮੰਗੋ ਪੇ ਤੂੰ ਪੁੱਛ ਕੇ ਬੀਬੀ ਨੂੰ ਬੋਲ ਬੀਬੀ ਬੈਠੀ ਬੀਬੀ ਨੂੰ ਪੁੱਛ ਮੈਂ ਗੋਹਾ ਹੈਗਾ ਆ ਬੀਬੀ ਨੂੰ ਤੂੰ ਪੁੱਛਣਾ ਬੀਬੀ ਤੈਨੂੰ ਜਾਣਦੀ ਬਿਮਾਰੀ ਬਣਿਆ ਬੀਬੀ ਗੋਹਾ ਵੇਚਦੀ ਆ ਸੁਣ ਮੇਰੀ ਗੱਲ ਪਤਾ ਨਹੀਂ ਪਾਥੀਆਂ ਦੀ ਰੇੜੀ ਵੀ ਲਾਈ ਹੋਵੇ ਅਗਲੀ ਨੇ ਮਾਰੀ ਪੈਣੇ ਮੇਰੀ ਗੱਲ ਸੁਣੇ ਬੀਬੀ ਕਹਿੰਦੀ ਸਵੇਰ ਦਾ ਮੀਂਹ ਲੱਗਾ ਆ ਗੋਹਾ ਸਾਰਾ ਹੀ ਹੜ ਗਿਆ ਕਿਸੇ ਕੱਟੇ ਦਾ ਲੈ ਆਓ ਕੱਟਾ ਵੇਚ ਦਿੱਤਾ ਕਿਸੇ ਬੱਚੇ ਦਾ ਲੈ ਆਓ ਤੇ ਗੋਹਾ ਨਹੀਂ ਮਿਲਣਾ ਫੇ ਤੁਸੀਂ ਆਪਣਾ ਹੀ ਲੈ ਆਓ ਕਿੰਨਾ ਗੰਦਾ ਬਿਮਾਰੀ ਪੈਣਾ ਵੀ ਮੇਰੀ ਗੱਲ ਸੁਣੇ ਓਏ ਐਦਾਂ ਕੰਮ ਕਰ ਹੋਰ ਤੈਨੂੰ ਸੌਖਾ ਮੰਤਰ ਦੱਸ ਦਿੰਦਾ ਹਾਂ ਸਾਡੇ ਕੋ ਬਾਬਾ ਜੀ ਉਹ ਵੀ ਹੈਗਾ ਆਹ ਤੇ ਮੇਰੀ ਭੈਣ ਨੇ ਛੋਟਾ ਜਿਹਾ ਨਿਆਣਾ ਚੱਕਿਆ ਕਿੱਥੇ ਆ ਆਹ ਦੀ ਛੋਟਾ ਜਿਹਾ ਤੇਰਾ ਪੇ ਤੈਨੂੰ ਦੀਦਾ ਬਿਮਾਰੀ ਪੈਣਾ ਆਹੋ
गंगा जल मंगवा मारो अपने गंदे जल सिटा मारी बने गंगा जल हुंदा है गंगा जल हुंदा पूरा चौंका चौंका पूरन गोरी की कोशे मंगदी चौंका पहरन गोरी की कोशे मंगदी चौंका पूरन गोरी की कोशे मंगदी चौंका पूरन गोरी की कोशे मंगदी चौंका पूरन गोरी बन बांडे मंगदी चौंका पारन गोरी चौंका चौंका पारन गोरी गुली डंडा मंगदी चौंका पूरन गोरी गुली डंडा मंगदी थोड़ा नके गुली अरगा मामियो ओ बीमारी पेणिया मैं तो मूली गंडा कहनी आ चौंका भूल हो गया आहो नहीं जेती मम्मी मैं तो लगता है जे तो तुसी महसूस नु बैठी हो हां बीमारी पेणा बे चौं मैं तो मूली गंडा मांगदी सी आहो बे तू गुली डंडा की करना थोड़ा नके गुली अरगा आया बीमारी पेणा होवे चौंका पूरन गोरी की कोशे मंगदी चौंका पहरन गोरी की कोशे मंगदी चौंका पूरन गोरी पंज बांडे मंगदी चौंका पहरन गोरी की कुछ मंगदी चौंका पहरन गोरी पंज अंडे बीमारी पेणा अंडे बीमारी पेणिया मैं पांच भांडे की गल करती हां बे इथे पांच अंडे की करने मैं कहया शायद तुसी ब्याह वाले नाल ऑमलेट खाना होवे बीमारी पेणा ना होवे तां बे मेरी गल सुने चौंका पूरो के छेती भी गल इन्ना टाइम है नहीं मैं ब्याह दी शॉपिंग करनी है तैं बहुत शॉप कर तेरे बहुत आके लगी हो बीमारी पेणा ना होवे ना बिहार दा पल्ला चंगी तरह गल है इन्ना नहीं मैं तो टाइम हुंदा क्या करा बैठ जा हुन कितले पासे नु सुन मेरी गल किस सयाने बुजुर्ग नु बस चढ़दा पासा किधर नु ਮੈਨੂੰ ਤਾਂ ਪਤਾ ਨਹੀਂ ਸ਼ਾਇਦ ਆਉਂਦੇ ਪਾਪਾ ਬੈਠਾ ਬੀੜੀ ਪੀਂਦਾ ਆਉਂਦੇ ਮਾਰ ਮਾਲ ਬੰਨੇ ਆਉਂਦੇ ਆ ਫੜਾ ਉਹਰੇ ਬੈਗ ਜਰਾ ਆ ਤੇਰਾ ਪੇ ਤੈਨੂੰ ਆ ਨੇੜੇ ਨਹੀਂ ਦਿਸੀ ਆ ਸਾਰਿਆਂ ਦੇ ਸਿਆਣਾ ਉਹਦੇ ਮਾਮਾ ਹੀ ਮੂੰਹ 'ਚ ਦੰਦ ਵੀ ਨਹੀਂ ਇੱਕ ਵੀ ਰਿਹਾ ਪਾਪਾ ਕਿਹੜੀ ਕੋਲਗੇਟ ਵਰਤੀ ਤੈਨੂੰ ਕੋਲਗੇਟ ਰੈਕਸ਼ਨ ਕਰ ਗਈ ਉਹ ਬੱਲੇ ਤੇਰੇ ਪਾਪਾ ਪਾਪਾ ਐਦਾਂ ਕਾਹਨੂੰ ਕਰਦਾ ਤੇਰੀ ਦਾੜੀ ਵੀ ਚਿੱਟੀ ਹੋ ਗਈ ਪਾਪਾ ਚੜਦਾ ਪਾਸਾ ਕਿੱਧਰ ਹੁੰਦਾ ਆਏ ਪਾਪਾ ਪਤਾ ਕੀ ਕਹਿੰਦਾ ਪਾਪਾ ਕੀ ਕਹਿੰਦਾ ਕਹਿੰਦਾ ਮੈਨੂੰ ਚੜੀ ਉਹਨੂੰ ਚਿਰ ਹੋ ਗਿਆ ਪਾਪਾ ਵੀ ਕਦੀ ਘੋੜੀ ਚੜਿਆ ਸੀ ਘੋੜੀ ਚੜੀ ਉਹਨੂੰ ਚਿਰ ਹੋ ਗਿਆ ਸੁਣ ਮੇਰੀ ਗੱਲ ਹੋਰ ਕਿਸੇ ਦੇ ਪੁੱਛਿਆ ਨਾ ਛੇਤੀ ਕਰ ਵੇਣਾ ਟਾਈਮ ਨਹੀਂ ਮੇਰੇ ਤੋਂ ਮੈਂ ਤੇਰੇ ਪੁੱਛ ਲੈਣੇ ਆ ਦੇ ਆ ਵੀ ਬੈਠਾ ਇੱਕ ਕਾਲੇ ਪਰਨੇ ਵਾਲੇ ਇਹਨੂੰ ਪੁੱਛਣਾ ਬੱਲੇ ਤੇਰਾ ਬੀੜੀਆਂ ਪੀ ਪੀ ਕੇ ਬੂਬਾ ਕਿੱਦਾਂ ਦਾ ਪਾਗ ਚੜਦਾ ਪਾਸਾ ਕਿੱਧਰ ਹੁੰਦਾ ਬਿਮਾਰੀ ਪੈਣਿਆ ਹਾਏ ਪਤਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਮੇਰੇ ਚੜ ਚੜ ਕੇ ਗੋਡੇ ਖਰਾਬ ਹੋ ਗਏ ਬਿਮਾਰੀ ਬਣੇ ਵੀ ਕਦੀ ਘੋੜੀ ਚੜਿਆ ਸੀ ਘੋੜੀ ਚੜ ਕੇ ਹੋ ਗਿਆ ਆਹੋ ਸੁਣ ਮੇਰੀ ਗੱਲ ਬਾਬਿਆਂ ਦੇ ਇੱਧਰ ਨੂੰ ਬੈਠੀ ਸੰਗਤ ਇੱਧਰ ਨੂੰ ਜਿੱਧਰ ਨੂੰ ਸੰਗਤ ਦਾ ਮੂੰਹ ਉੱਧਰ ਨੂੰ ਹਾਂਜੀ ਲੈ ਉਹ ਕੂੜੇ ਨਹੀਂ ਓਏ ਠੇਕੇ ਨਮਾਰੀ ਆ ਦਿਨ ਚ ਕੰਮ ਹੋਇਆ ਆ ਕੀ ਹੋ ਗਿਆ ਮੈਂ ਕਿ ਗੋਲਡ ਹੋਇਆ ਤੈਨੂੰ ਜੰਡੂ ਪਾਮ ਦੇਵਾਂ ਮਾਰੀ ਬਣਾ ਵੀ ਕੋਲੇ ਚੱਕੀ ਫਿਰਦਾ ਆ ਲੈ ਜੇ ਉਹਦੇ ਨਾਲ ਨਹੀਂ ਸਰਦਾ ਪੈਰਾਸੀਟਾ ਮੂਲ ਦੀ ਗੋਲੀ ਮਾਰੀ ਬਣਾ ਹੋਵੇ ਤਾਂ ਲਾਵੋ ਗੂੜੇ ਨਹੀਂ ਪਰਦੇਸੀ ਨੂੰ ਵਟਣਾ ਓਏ ਓਏ ਵਟਣਾ ਲਾਵੋ ਕੋ ਮਾਰੀ ਬਣਾ ਪਰ ਚਣਿਆ ਉਦੋਂ ਲਾਣੀਆਂ ਪਟਣਾ ਦੇ ਰਹੇ ਆ ਪਟਣਾ ਲਾਣੀਆਂ ਤੇ ਤੂੰ ਪੁੱਠਾ ਸਿੱਧਾ ਕਿਉਂ ਹੁੰਨਾ ਪੁੱਠਾ ਸਿੱਧਾ ਮੈਂ ਤਾਂ ਹੁੰਨਾ ਮੈਂ ਕਿਹਾ ਪਾਸਾ ਕੋਈ ਰਹਿ ਨਾ ਜਾਵੇ ਮਾਰੀ ਬਣੇ ਸ਼ਾਪਾ ਛੱਲੇ ਪਾਇਓ ਮੁੰਦੀਆਂ ਪਾਈਆਂ ਆ ਤੇ ਮੁੰਦੀਆਂ ਪਾਈਆਂ ਆ ਮਾਰੀ ਬਣੇ ਮੁੰਦੀਆਂ ਅੱਛਾ ਮੁੰਦੀਆਂ ਗੱਲ ਕਰਦੀਆਂ ਸੇ ਆਪਾ ਕਰ ਤੇਰਾ ਮੇਰਾ ਕਾਹਨੂੰ ਕਰਨਾ ਮਾਰੀ ਪੈਣਾ ਹੋਵੇ ਲਾਵੋ ਗੂੜੇ ਨਹੀਂ ਪਰਦੇਸੀ ਨੂੰ ਵਟਣਾ ਗੂੜੇ ਨਹੀਂ ਪਰਦੇਸੀ ਨੂੰ ਵਟਣਾ ਓਏ ਹਾਏ ਬੇ ਬਿਮਾਰੀ ਪੈਣਿਆ ਏ ਉਰੇ ਕੱਡਾ ਤਰਾ ਟੈਂਪੂ ਵਰਗਾ ਮੂੰਹ ਬਿਮਾਰੀ ਬਣਿਆ ਆ ਬਟਨ ਤੜਫਦਾ ਕਦੇ ਇਹਨਾਂ ਆ ਬਟਨਾ ਲਾਣੀਆਂ ਇਹ ਬਟਨਾ ਲਾਣੀਆਂ ਆ ਇਹਨਾਂ ਨੂੰ ਕਹੋ ਬਟਨਾ ਲਾਣਾ ਲੱਤਾਂ ਤੇ ਲਾਓ ਫੇ ਬਟਨਾ ਲਾਣਾ ਬਾਹਾਂ ਤੇ ਲਾਓ ਹਾਂ ਬਟਨਾ ਲਾਣਾ ਮੂੰਹ ਤੇ ਲਾਓ ਸਹੀ ਆ ਇਹ ਮਾਮੀਆਂ ਕੋ ਸੁਸਰ ਨੂੰ ਹੱਥ ਮਾਰੀ ਮਾਰੀ ਪੈਣਾ ਨਾ ਹੋਵੇ ਤਾਂ ਤੇ ਮੇਰੀ ਗੱਲ ਸੁਣ ਬਟਨਾ ਲੱਗ ਗਿਆ ਆ ਲੱਗ ਗਿਆ ਆਹੋ ਫੇਰ ਨਾਚ ਗਾਣਾ ਕਰ ਲਈ ਕਿ ਬਰਾਤ ਸਿੱਧੀ ਲੈ ਕੇ ਜਾਣੀ ਨਾ ਨਾਚ ਗਾਣਾ ਕਰ ਲਓ ਇੰਨਾ ਟਾਈਮ ਹੈਗਾ ਕਾਤੇ ਸਾਡੀ ਵਾਰੀ ਬਾਅਦ ਚੋਂ ਬਾਅਦ ਚੋਂ ਨਹੀਂ ਕਰਨਾ ਚਲੋ ਇਦਾਂ ਕਹੋ ਕਤਾਏ ਆ ਜਾਓ ਏ ਉਹਨਾਂ ਨੂੰ ਛੇਤੀ ਛੇਤੀ ਕੁੜੀ ਚੱਕ ਲਿਆਓ ਓ ਕੁੜੀ ਓਏ ਕਾਕਾ ਇਦਾਂ ਆ ਬੇ ਵਿਆਹ ਨੂੰ ਚਲੀਏ ਦੇ ਚੱਲ ਪਏ ਤਾ ਕੁੜੀ ਚੱਕ ਲਿਆ ਛੇਤੀ ਛੇਤੀ ਐਦਾਂ ਹੀ ਜਾਮਾ ਫੇ ਉਹਨਾਂ ਦੇ ਜਾਇਆ ਨਹੀਂ
ਨੀ ਮੈਂ ਕਿਹਾ ਦਰਬੀ ਮੈਂ ਕਿਹਾ ਆ ਪੈਣੇ ਲਿਸ਼ਾ ਨੀ ਮੇਰੀ ਗੱਲ ਸੁਣ ਬਰਾਤ ਉਸ ਤਾਂ 11 ਬੰਦੇ ਸੱਦੇ ਮੈਂ ਕਿਹਾ ਬਰਾਤ ਦੇ 11 ਬੰਦੇ ਸੱਦੇ ਸੀ ਕਿੰਨੀ ਬਰਾਤ ਆ ਗਈ ਇਹ ਤਾਂ 300-400 ਬੰਦਾ ਆ ਗਿਆ ਨੀ ਮੇਰੀ ਗੱਲ ਸੁਣ ਮੈਂ ਕਿਹਾ ਹਾਂ ਇੰਨੀ ਬਰਾਤ ਵਿੱਚੋਂ ਆਪਣਾ ਜੀਜਾ ਕਿੱਥੇ ਮੈਨੂੰ ਕੋਈ ਜੀਜਾ ਨਹੀਂ ਨਜ਼ਰ ਆਉਂਦਾ ਮੈਂ ਕਿਹਾ ਮੇਰੀ ਗੱਲ ਸੁਣ ਜੀਜਾ ਪਛਾਣਨਾ ਕਿਵੇਂ ਆ ਜਿਹਦੇ ਕੋਲ ਬਟਰੇ ਦੀ ਮਹਿਕ ਆਉਂਦੀ ਆ ਉਹੀ ਆਪਣਾ ਜੀਜਾ ਆ ਨਹੀਂ ਮੈਨੂੰ ਨਾ ਇੱਧਰ ਤੋਂ ਇੱਥੋਂ ਕਾਂਦੀ ਆ ਸਮੈਲ ਵਟਣੇ ਦੀ ਘਰੇ ਇੱਧਰੋਂ ਆਂਦੀ ਇੱਥੋਂ ਕਾਂਦੀ ਆ ਮੈਨੂੰ ਤਾਂ ਜਿਸ ਕੁੱਤੀ ਦੀ ਜਿਆਦਾ ਸੁਭਣ ਸ਼ਕਤੀ ਉਸ ਕੁੱਤੀ ਨੂੰ ਛੱਡੋ ਮਾਰੀ ਪੈਣ ਨਾ ਹੋਵੇ ਤਾਂ ਮੇਰੀ ਗੱਲ ਸੋਹਣੇ ਕਹਿੰਦੀ ਜਿਸ ਕੋਲ ਵਟਣੇ ਦੀ ਸਮੈਲ ਆਉਂਦੀ ਹੋਵੇ ਮਾਮੀ ਜੇ ਕਿਸੇ ਨੇ ਪੱਤ ਮਾਰਿਆ ਉਹਨੂੰ ਜੀਜਾ ਸਮਝ ਲਿਓ ਕਿੰਨਾ ਗੰਦਾ ਬਿਮਾਰੀ ਪੈਣਾ ਨੀ ਇਹਨੂੰ ਦੇਖਦੀ ਬੁਲਾ ਕੇ ਮੈਂ ਕਿਹਾ ਵੇ ਜੀਜਾ ਵੀ ਪ੍ਰਧਾਨ ਜੀ ਲੱਗਦਾ ਵਿਆਹਾਂ ਦੇ ਘਰ ਲੜਾਈ ਹੋਵੇ ਪਟਾਕੇ ਚਲਾਈ ਜਾਂਦੇ ਆ ਇਹਨੀ ਕੁੜੀ ਤੋਰ ਨੀ ਕਿ ਸਾਲੇ ਹੇਮਾ ਮਾਲਣੀ ਤੋਰ ਲੱਗੇ ਆ ਤਾਂ ਲੱਗਦਾ ਮੇਰੇ ਪੈਂਦੀ ਨਿਕਲ ਗਏ ਬੂਹਾ ਰਹਿ ਗਿਆ ਭਤੀਜਾ ਵੇ ਮੈਂ ਕਹਿੰਦੀ ਪਛਾਣਿਆ ਤੁਸੀਂ ਮੇਰੀ ਜੀਜਾ ਜੀ ਮੈਂ ਤੁਹਾਡੀ ਸਾਲੀ ਲਿੰਗ ਪਲਿੰਗ ਨੀ ਬਣਦੇ ਰਿਸ਼ਤਾ ਸਿੱਧਾ ਬਣਾਓ ਬਿਮਾਰੀ ਆ ਕਿੱਦਾਂ ਦਾ ਰਿਸ਼ਤਾ ਸੁਣ ਮੇਰੀ ਗੱਲ ਸਾਡੇ ਇੱਕ ਹੋਰ ਰੀਤੀ ਰਿਵਾਜ ਵਾ ਲਫਾਫੇ ਚੁਗਣੇ ਦਾ ਮਾਰੀ ਪੈਣਾ ਜੀਜਾ ਸਾਲੀ ਨੂੰ ਤੇ ਸਾਲੀ ਜੀਜੇ ਨੂੰ ਪਹਿਲਾਂ ਤੂੰ ਪਾ ਪਹਿਲਾਂ ਤੁਸੀਂ ਪਾਓ ਪਹਿਲਾਂ ਤੂੰ ਪਾ ਸੇਰੋ ਸੇਰੀ ਚੁਟਕੇ ਜਾਂਦਾ ਪਹਿਲਾਂ ਤੂੰ ਪਾ ਪਹਿਲਾਂ ਤੁਸੀਂ ਪਾਓ ਮੈਂ ਤਾਂ ਫਿਰ ਪਾਏ ਦੇਣਾ ਉਹਦੇ ਫੇ ਮੇਰੀ ਕਿਸਣ ਗੱਲ ਸੋਹਰਾ ਫੁੱਲ ਗੁਲਾਬ ਦਾ ਸੱਸ ਚੰਬੇ ਦੀ ਮੂਟੀ ਬਾਗਾ ਚ ਲਿਆ ਦੇਖ ਲਾ ਤੈਨੂੰ ਪਰਾਗੇ ਆਈਏ ਜਾਈਏ ਛਨ ਦੇ ਅੱਗੇ ਤੂਤ ਟੱਪੂ ਕੁੱਤਿਆ ਮੇਰੀ ਸਾਲੀ ਦੇ ਸਿਰ ਚੰਬੂ ਚਿੱਤਰ ਬੋਲ
हेलो गढ़शंकर का बहुत बहुत धन्यवाद दिन दुगुणी रात चौगुणी तरक्की बख्शे हम अपना सम्मान सम्मान बाबा जी तो हाजिर सिर्फ 30 मिनट वास्ते हाजरी लगाएंगे उन्होंने तो बाद लोई भंगड़ा ग्रुप पहुंचा हुआ।